ਓਕੇ ਮੇਰੀ ਗੱਲ ਸੁਣੋ, ਹੁਣ ਤੁਹਾਡੇ ਕਹਿਣ ਤੇ ਮੈਂ ਸ਼ਰਬਤ ਵੀ ਪੀ ਲਿਆ, ਚਾਹ ਵੀ ਪੀ ਲਈ, ਪਕੌੜੇ ਵੀ ਖਾ ਲਏ, ਹੁਣ ਕਾਹਦੀ ਦੇਰ ਆ? ਚਲੋ ਚਲੀਏ ਘਰ ਨੂੰ ਹੁਣ। ਵਈ ਠੀਕ ਹੀ ਅੱਗ ਲੱਗੀ, ਘਰ ਭੱਜਾ ਚੱਲਿਆ, ਕਿਤੇ ਉੱਥੇ ਹੀ ਆ ਘਰ, ਠੀਕ ਹੈ ਨਾ, ਕਿਤੇ ਰੋੜ ਕੇ ਇੱਧਰ ਉੱਧਰ ਨਹੀਂ ਹੋ ਚੱਲਿਆ। ਮੇਰੀ ਗੱਲ ਸੁਣ, ਜਦੋਂ ਸਹੁਰੇ ਜਾਂਦੇ ਹੋ ਉਦੋਂ ਤਾਂ ਬੜੀ ਛੇਤੀ ਕਹਿੰਦੇ ਮੈਨੂੰ ਕੰਮ ਆ, ਮੈਂ ਘਰ ਜਾਣਾ, ਮੈਨੂੰ ਕੰਮ ਆ, ਮੈਂ ਘਰ ਜਾਣਾ। ਹੁਣ ਇੱਥੇ ਐ ਬਹਿ ਗਏ ਜਿਵੇਂ ਮੱਝ ਪਾਣੀ 'ਚ ਬੈਠੀ ਹੁੰਦੀ ਆ, ਹਿੱਲਣ ਦਾ ਨਾਂ ਹੀ ਨਹੀਂ ਲੈਣ ਡੇ। ਹਰ ਵਾਰੀ ਨਹੀਂ ਇੱਦਾਂ ਕਹਿੰਦਾ, ਮੈਂ ਜਦੋਂ ਕੋਈ ਕੰਮ ਹੁੰਦਾ ਉਦੋਂ ਕਹਿੰਦਾ ਮੈਂ। ਤੁਰੋ ਹੁਣ, ਕੀ ਡੇ ਜੇ ਪਖੰਡ ਕਰ। ਤੁਰਦਾ ਵਾਂ, ਜਿਹੜੇ ਕੰਮ ਆਏ ਉਹ ਕਰ ਪਹਿਲਾਂ, ਠੀਕ ਹੈ ਨਾ। ਕੀ ਜੋ ਲੈ ਕੇ ਆਈ ਨਾ ਤੂੰ ਦੇ ਮੇਰੀ ਭੈਣ ਨੂੰ। ਆ ਤਾਂ ਮੈਂ ਦੇ ਦਿੰਦੀ ਹਾਂ, ਜਾਓ ਤੁਸੀਂ ਭਾਜੀ ਲੱਗੇ 2 ਮਿੰਟ ਬਹਿ ਜਾਓ, ਆ ਬੁਲਾਓ ਵਿਮਲ ਦੀਦੀ ਨੂੰ, ਮੈਂ ਦੇ ਦਿੰਦੀ ਸਾਰਾ ਕੁਝ। ਕਿਉਂ, ਮੈਂ ਕਿਹੋ ਜਮਾ, ਮੈਂ ਵੇਖਾ ਨਾ ਕੀ ਲੈ ਕੇ ਆਈ ਮੇਰੀ ਭੈਣ ਲਈ, ਕੀ ਮੈਂ ਵੀ ਤਾਂ ਵੇਖਣਾ, ਘਰੇ ਤਾਂ ਵਿਖਾਇਆ ਨਹੀਂ ਤੂੰ, ਘਰੇ ਵੀ ਕਿੰਨਾ ਰਿਹਾ ਵਿਖਾ ਵਗਾਗਾ, ਹੁਣ ਤਾਂ ਮੈਂ ਵੇਖੂੰਗਾ। ਯਾਰ ਮੈਂ ਤੁਹਾਨੂੰ ਦੱਸ ਦੂੰਗੀ ਮੈਂ ਕੀ ਲੈ ਕੇ ਆਈ, ਜਾਓ ਉੱਥੇ ਰਾਜੂ ਭਾਜੀ ਲਾਗੇ ਜਾ ਕੇ ਤੇ ਬਹਿ ਜਾਓ। ਮੈਂ ਨਹੀਂ ਜਾਣਾ, ਮੈਂ ਵੇਖਣਾ ਵਾ, ਸਿਰ ਤੇ ਚੜੀ ਮੈਂ ਮਾਰਦਾ ਵਾ। ਵਿਮਲ, ਹਾਂਜੀ ਵੀਰੇ, ਕੀ ਹੋ ਗਿਆ ਦੀਦੀ? ਆ ਭਾਬੀ ਤੇਰੀ ਲੈ ਗਈ ਤੇਰੇ ਲਈ ਕੁਛ। ਲੈ ਭਾਬੀ ਜੀ, ਕੀ ਲੋੜ ਹੈ ਇਹਨਾਂ ਚੀਜ਼ਾਂ ਦੀ? ਹਲੋ ਦੀਦੀ, ਸੂਟ ਤੁਹਾਡੇ ਵਾਸਤੇ। ਤੁਹਾਨੂੰ ਦੱਸਦੀ, 1 ਮਿੰਟ ਇੱਥੇ ਲੈ ਜਾਓ। ਆਹ ਸੂਟ ਮਾਸੀ ਜੀ ਦਾ ਜੇ, ਠੀਕ ਹੈ, ਆਲੋ। ਅਤੇ ਦੀਦੀ ਆਹ ਤੁਹਾਡੇ ਪੈਸੇ ਜੇ, ਜ਼ਿਆਦਾ ਵਾਲੇ। ਆਹ ਮਾਸੀ ਜੀ ਦੇ ਪੈਸੇ ਸੂਟ 'ਤੇ, ਠੀਕ ਹੈ, ਆਹ ਮਾਸੀ ਜੀ ਨੂੰ ਦੇ ਦਿਓ ਮੇਰੇ ਵੱਲੋਂ, ਅਤੇ ਆਹ ਆਪ ਰੱਖ ਲਿਓ। ਅਤੇ ਕੋਈ ਨਹੀਂ ਭਾਬੀ ਜੀ, ਸੂਟ ਹੈਗੇ ਸੀ, ਪੈਸੇ ਕੀ ਕਰਨੇ ਸੀ, ਪੈਸੇ ਰਹਿਣ ਦੇਣੇ ਸੀ ਤੁਸੀਂ। ਲਓ ਦੀਦੀ, ਫਿਰ ਕੀ ਹੋ ਗਿਆ, ਅਸੀਂ ਕਿਹੜਾ ਬਹੁਤਾ ਜ਼ਿਆਦਾ ਕੀਤਾ ਵਾ, ਇਹ ਤਾਂ ਸਾਡਾ ਫਰਜ਼ ਹੈ ਨਾਲੇ, ਅਤੇ ਤੁਸੀਂ ਪਾ ਲਓ ਲਿਫਾਫੇ 'ਚ, ਠੀਕ ਹੈ। ਕੋਈ ਗੱਲ ਨਹੀਂ ਭਾਬੀ, ਬਹੁਤ ਵਧੀਆ ਨੇ ਸੂਟ ਭਾਬੀ ਜੀ, ਬਹੁਤ ਸੋਹਣੇ। ਸੋਹਣੇ ਨੇ ਦੀਦੀ? ਹਾਂ ਬਹੁਤ ਸੋਹਣੇ ਆ। ਹੋਰ ਕੁਛ ਵੀ ਹੈਗਾ ਵਾ? ਨਹੀਂ, ਜੋ ਕੁਛ ਹੈਗਾ ਤੁਹਾਡੇ ਸਾਹਮਣੇ ਦੇ ਤਾਂ ਦਿੱਤਾ, ਬਥੇਰਾ ਕੁਛ ਆ, ਬਸ ਪਿਆਰ ਹੋਣਾ ਚਾਹੀਦਾ ਦਿਲਾਂ 'ਚ। ਹਾਂ ਵੀ ਕੁੱਲੂ ਫਾਫਾ ਖਾਲੀ ਮੱਕੀ। ਲੈ ਵੀਰੇ, ਹੋਰ ਕੀ ਹੋਣਾ ਸੀ, ਸੂਟ ਹੈਗੇ ਆ, ਪੈਸੇ ਵੀ ਹੈਗੇ ਆ। ਹਾਂ ਭੈਣੇ, ਠੀਕ ਆ। ਦੀਦੀ ਪਾ ਲਓ ਲਿਫਾਫੇ 'ਚ, ਤੇ ਪੈਸੇ ਗਵਾ ਨਾ ਲਿਓ, ਫੜ ਲਓ ਧਿਆਨ ਨਾਲ। ਨਹੀਂ ਕੋਈ ਗੱਲ ਨਹੀਂ, ਮਾਸੀ ਜੀ ਨੂੰ ਵੀ ਦੱਸ ਦਿਓ, ਠੀਕ ਹੈ। ਚਲੋ ਹੁਣ ਆਪਾਂ ਚੱਲਦੇ ਹਾਂ। ਨਹੀਂ ਕੋਈ ਨਹੀਂ ਭਾਬੀ, ਬੈਠੋ, ਇੱਕ ਮਿੰਟ ਮੈਂ ਮੰਮੀ ਨੂੰ ਬੁਲਾਉਂਦੀ ਹਾਂ। ਮੰਮੀ ਜੀ ਬੈਠੋ 1 ਮਿੰਟ। ਬਹਿ ਜਾਓ ਕੇ ਖਲੋਤੇ ਪਿੰਡੋਂ ਆਏ ਜੇ, ਗੱਲਾਂ ਗੁੱਲਾਂ ਹੁਣ ਘਰ ਜਾ ਕੇ ਕਰਿਓ। ਜਾਣਾ ਨਹੀਂ ਆ, ਇੱਥੇ ਨਾ ਲੈਕਚਰ ਚੱਲ। ਮੇਰੀ ਗੱਲ ਸੁਣ, ਚੱਲੀ ਆ। ਆ ਕੀ ਲੈ ਕੇ ਆਈ? ਕੀ ਲੈ ਕੇ ਆਈ? ਆ ਸੂਟ ਹੈ ਕੋਈ? ਆ ਇਦਾਂ ਤੱਕ ਲੱਗ ਗਿਆ, ਇਹਨੂੰ ਨਹੀਂ ਵੀ ਦਿੰਦਾ ਜਿਹੜਾ ਤੂੰ ਚੁੱਕ ਲਈ ਆ। ਤੁਸੀਂ ਨਾ ਚੁੱਪ ਕਰ ਜਾਓ, ਹੁਣ ਮੈਂ ਤੁਹਾਨੂੰ ਕਹਿਤਾ ਜੇ ਬਹੁਤ ਹੋ ਗਿਆ, ਘਰੇ ਜਾ ਕੇ ਗੱਲ ਕਰਿਓ ਜਿਹੜੀ ਕਰਨੀ ਆ। ਅਬ ਲਾਓ ਰਾਜੂ ਭਾਜੀ ਨੂੰ, ਚਲੀਏ ਫਿਰ ਘਰੇ ਜਾ ਕੇ ਕਰੂੰਗਾ ਨਾ। ਆ ਕੋਈ ਗੱਲ ਨਹੀਂ, ਚਲੋ ਉੱਠੋ ਤਾਂ ਹੁਣ। ਚੱਲ ਅਸੀਂ ਜਰਾ ਘਰੇ, ਉੱਥੇ ਕਰਦਾ ਤੇਰੇ ਨਾਲ ਗੱਲ, ਇੱਥੇ ਕੀ ਗੱਲ ਕਰਾਂ ਕਿਸੇ ਦੇ ਸਾਹਮਣੇ ਤੇਰੇ ਨਾਲ ਮੈਂ। ਪੁੱਤਰ ਖਲੋ ਜਾ 1 ਮਿੰਟ। ਆ ਪੁੱਤਰ, ਤੁਸੀਂ ਪਹਿਲੇ ਫੇਰਾ ਪਾਇਆ ਨਾ, ਆ ਤੁਹਾਡੀ ਮੰਮੀ ਦਾ ਸੂਟ। ਮਾਸੀ ਜੀ ਇਹਦੀ ਕੀ ਲੋੜ ਆ? ਨਹੀਂ ਪੁੱਤ, ਫੜ ਕੇ ਦੇਵੇ। ਆਹ ਮੈਂ ਆਪਣੀ ਧੀ ਵਾਸਤੇ ਸੂਟ ਲੈ ਕੇ ਆਈ ਹਾਂ, ਕਿੰਨਾ ਸੋਹਣਾ। ਮੈਂ ਕਿਹਾ ਗੋਰੀ ਚਿੱਟੀ ਹੈ, ਇਹਨੂੰ ਜਚਣਾ ਬੜਾ ਹੈਗਾ। ਅਤੇ ਆਹ ਪੁੱਤਰ ਮੇਰੇ ਪੁੱਤ ਦੇ ਪੈਸੇ ਰਹਿੰਦੇ ਨੇ ਮਾਸੀ, ਇਹਦੀ ਕੀ ਲੋੜ ਹੀ? ਨਾ ਪੁੱਤ, ਤੁਸੀਂ ਬਹੁਤ ਜ਼ਿਆਦਾ ਦਿੰਦੇ, ਥੋੜ੍ਹੇ ਕਰ ਦੇਣੇ ਸੀ। ਮੈਂ ਪੁੱਤ ਅੱਗੇ ਕੀ ਦੇਣੀ ਹੈ, ਪਹਿਲੀ ਵਾਰੀ ਤੂੰ ਘਰੇ ਆਇਆ ਵਿਆਹ ਤੋਂ ਬਾਅਦ, ਇਹ ਤਾਂ ਪੁੱਤ ਬਣਦਾ ਹੀ ਆ। ਸਗੋਂ ਮੈਂ ਤੇਰੇ ਨਾਲ ਕੁਝ ਕੀਤਾ ਹੀ ਨਹੀਂ ਹੈਗਾ, ਜਿੰਨੇ ਦੇ ਤੁਸੀਂ ਹੱਕਦਾਰ ਜੇ। ਖੁਸ਼ ਰਹੋ ਪੁੱਤ, ਹੁਣ ਖੁੱਲ੍ਹ ਕਰਤੀ ਜੇ। ਹੁਣ ਇਹ ਨਹੀਂ ਕਿ ਤੁਸੀਂ ਆਉਣਾ ਜਾਣਾ ਨਹੀਂ, ਤੁਹਾਡਾ ਆਪਣਾ ਘਰ ਆ, ਜਦੋਂ ਦਿਲ ਕੀਤਾ ਉਦੋਂ ਆ ਜਾਣਾ, ਚੰਗਾ।
ਤੇ ਫੋਨ ਫਾਨ ਕਰਕੇ ਨਹੀਂ ਆਣਾ। ਹੁਣ ਬਾਬੀ ਜੀ ਤੁਸੀਂ ਕਿਸੇ ਦਿਨ ਆਇਓ ਮੇਰੇ ਕੋਲ ਰਿਓ, ਦੋ ਤਿੰਨ ਦਿਨ। ਠੀਕ ਹੈ ਦੀਦੀ, ਕੋਈ ਗੱਲ ਨਹੀਂ, ਅਸੀਂ ਆਵਾਂਗੇ। ਵਿਮਲ ਲਿਫਾਫਾ ਦੇ, ਕੋਈ ਗੱਲ ਨਹੀਂ, ਆ ਪਾ ਦਿਓ ਲਿਫਾਫੇ 'ਚ। ਪਸੰਦ ਆ ਨਾ ਬਾਬੀ ਸੂਟ? ਸੋਹਣਾ, ਬਹੁਤ ਸੋਹਣਾ। ਪਸੰਦ ਆ, ਪਸੰਦ ਕਿਉਂ ਨਹੀਂ, ਕਿੰਨਾ ਸੋਹਣਾ ਸੂਟ ਆ। ਮੈਂ ਕਹਿੰਦਾ ਭਾਜੀ ਰਹਿੰਦੇ ਤੁਸੀਂ ਰਾਤ ਅੱਜ? ਨਹੀਂ ਨਹੀਂ ਭਾਜੀ, ਮੈਨੂੰ ਕੰਮ ਸੀ ਜ਼ਰੂਰੀ, ਤੁਹਾਨੂੰ ਪਤਾ ਮਸਾਂ ਹੀ ਟਾਈਮ ਕੱਢ ਕੇ ਆਇਆ ਵਾਂ। ਕੋਈ ਨਹੀਂ, ਮੈਂ ਕਿਤੇ ਆਊਂਗਾ ਜ਼ਰੂਰ, ਜ਼ਰੂਰ ਰਹੂੰਗਾ, ਮੇਰੀ ਭੈਣ ਦਾ ਘਰ ਆ, ਰਹਿਣਾ ਕਿਉਂ ਨਹੀਂ ਹੈ। ਭਾਬੀ ਆਏ ਨਾ ਪਹਿਲੀ ਵਾਰੀ, ਚੱਲ ਪਹਿਲੀ ਵਾਰੀ ਰਹਿ ਲੈ। ਮੰਮੀ ਨੂੰ ਕਿਹਾ ਸੂਟ ਸਵਾਇਆ, ਪਾਣ ਸਵਾ ਕੇ ਇਹਨੇ ਤਾਂ ਸੀ ਦੇਣਾ ਸੀ, ਪਰ ਆਪਾਂ ਕਿਹਾ ਨਹੀਂ, ਪਹਿਲੀ ਵਾਰੀ ਇੱਕ ਤਰ੍ਹਾਂ ਦੇਈਏ। ਕੋਈ ਨਹੀਂ, ਕੋਈ ਗੱਲ ਨਹੀਂ ਮਾਸੀ ਜੀ, ਮੈਂ ਕਹਾਂਗੀ ਕਿ ਸਵਾ ਕੇ ਪਾ ਲੈਣ, ਅੱਗੋਂ ਉਹਨਾਂ ਦੀ ਮਰਜ਼ੀ ਆ ਫਿਰ, ਹੈਨਾ। ਜੇ ਪਸੰਦ ਆਏਗਾ ਤਾਂ ਜ਼ਰੂਰ ਸਵਾਉਣਗੇ। ਮਾਸੀ ਜੀ, ਉਹਨਾਂ ਦੀ ਕੁੜੀ ਨੇ ਭੇਜਿਆ, ਉਹਨਾਂ ਨੂੰ ਚਾਹ ਨਾ ਸਵਾ ਲੈਣਾ ਫਿਰ। ਚਲੋ ਚਲੀਏ ਹੁਣ। ਚਲੋ ਚੰਗਾ ਭਾਜੀ, ਚੰਗਾ ਮਾਸੀ ਜੀ, ਚੰਗਾ ਦੀਦੀ, ਚੰਗਾ ਮਾਸੀ ਜੀ। ਹੋਰ ਸੁਣਾਓ, ਠੀਕ ਠਾਕ ਹੈ ਨਾ ਹੁਣ? ਮੰਮੀ ਚਲੋ, ਸਾਰਾ ਕੁਛ ਬੜਾ ਵਧੀਆ ਹੋ ਗਿਆ। ਮੈਨੂੰ ਤੇ ਬੜਾ ਹੀ ਡਰ ਲੱਗਣ ਦਿਆ ਸੀ ਕਿ ਪਹਿਲੀ ਵਾਰ ਭਾਬੀ ਨੇ ਆਉਣਾ ਵਾ, ਪਤਾ ਨਹੀਂ ਮੇਰੇ ਕੋਲ ਸੇਵਾ ਹੋਵੇ ਕਿ ਨਾ ਹੋਵੇ। ਸੇਵਾ? ਉਹ ਤਾਂ ਬਹੁਤ ਵਧੀਆ ਹੋਇਆ, ਬੜਾ ਸੋਹਣਾ ਹੋਇਆ। ਵੇਖੋ, ਜਿਹੜੀ ਚੀਜ਼ ਦਾ ਡਰ ਸੀ ਨਾ, ਉਹ ਚੀਜ਼ ਦਾ ਡਰ ਰਿਹਾ ਨਹੀਂ, ਸਗਨ ਵੀ ਸਾਡੇ ਕੋਲ ਚੰਗਾ ਦਿੱਤਾ ਗਿਆ। ਹਾਂਜੀ ਮੰਮੀ ਜੀ, ਸਾਰਾ ਕੁਛ ਬੜਾ ਵਧੀਆ ਹੋ ਗਿਆ। ਹੁਣ ਉਹ ਖੁਸ਼ ਨੇ ਕਿ ਨਹੀਂ ਖੁਸ਼, ਉਹ ਉਹਨਾਂ ਦੀ ਮਰਜ਼ੀ। ਉਹਨਾਂ 'ਚ ਨਾ ਨਖਰੇ ਬੜੇ ਹੀ। ਨਾਰਾਜ਼ ਹੋ, ਉਹ ਵੈਸੇ ਤੈਨੂੰ ਪਤਾ ਤਗੜੇ ਘਰ ਦੀ ਹੈ ਨਾ, ਤਦ ਕਰਕੇ ਮਾੜਾ ਮੋਟਾ ਫਰਕ ਪੈਂਦਾ, ਬਾਕੀ ਇਹ ਕਿ ਗਈ ਖੁਸ਼ ਹੈਗੀ ਆ। ਮੰਮੀ ਤਗੜੇ ਘਰ ਦੀ ਆ, ਪਰ ਮਾੜੇ ਘਰ ਦੇ ਬੰਦੇ ਵੀ ਨੇ, ਇਨਸਾਨ ਹੁੰਦੇ ਆ, ਉਹ ਕਿੱਦਾਂ ਕਰਨ ਦੀ ਸੀ ਤੁਹਾਡੇ ਸਾਹਮਣੇ? ਓਹ ਕੋਈ ਗੱਲ ਨਹੀਂ, ਕੀ ਮਹਿਸੂਸ ਕਰਾਉਣਾ ਚਾਹੁੰਦੀ ਸੀ? ਆਪੇ ਠੀਕ ਹੋ ਜਾਏਗੀ, ਕੋਈ ਗੱਲ ਨਹੀਂ, ਗੁੱਸਾ ਨਾ ਕਰ ਭੈਣਾ। ਉਹਨਾਂ ਦੇ ਸਾਹਮਣੇ ਤੁਹਾਨੂੰ ਇੱਕ ਰੋਟੀ ਚੰਗੀ ਤਰ੍ਹਾਂ ਖਾਧੀ ਨਹੀਂ ਗਈ, ਲਿਆ ਦੇ ਰੋਟੀ ਖਾਈਏ ਦੁਬਾਰਾ। ਆ ਜਾਓ, ਆ ਤੂੰ ਚੰਗਾ ਕੀਤਾ ਏ ਕਿ ਮੰਮੀ ਦੀ ਵੀ ਸਬਜ਼ੀ ਰੋਟੀ ਨਾਲ ਪੈਕ ਕਰਦੀ ਹੋ। ਹਾਂਜੀ ਹਾਂਜੀ। ਮੇਰੀ ਗੱਲ ਸੁਣ, ਮੈਂ ਤੇਰੇ ਨਾਲ ਗੱਲ ਕਰਨ ਦਿਆਂ ਵਾਂ। ਕੀ ਬਕਵਾਸ ਕਰਦੀ ਹੈ ਤੂੰ ਉੱਥੇ? ਕੀ ਬਕਵਾਸ ਕਰਦੀ, ਕੀ ਹੋਇਆ ਤੁਹਾਨੂੰ? ਗੱਲਾਂ ਕੀ ਕਰਨ ਦੇ ਉੱਥੇ? ਕਿਹੜੇ ਗਰਮ ਪਕੌੜੇ ਖਾਏ ਜੇ, ਆਉਂਦਿਆਂ ਮਰਨ ਲੱਗ ਪਏ ਜੇ, ਮੈਂ ਕੀ ਉੱਥੇ ਆਖਤਾ ਵਾ? ਜੋ ਕੁਛ ਹੈਗਾ ਉਹੀ ਕੁਛ ਆਖਿਆ। ਆਪਣੀਆਂ ਗੱਲਾਂ ਸੁਧਾਰ ਲਾ ਆਪਣੀਆਂ, ਜਿਹੜੀਆਂ ਦੱਸਾਂ ਤੈਨੂੰ ਮੈਂ। ਮੈਨੂੰ ਲੈ ਕੇ ਕੀ ਕਰਨ ਗਏ ਹੋ ਉੱਥੇ? ਤੁਹਾਨੂੰ ਚੰਗਾ ਭਲਾ ਪਤਾ ਵੀ ਆ, ਇਹੋ ਜਿਹੀ ਜਗ੍ਹਾ 'ਤੇ ਨਹੀਂ ਬੈਠ ਲੋ ਸਕਦੀ, ਪਤਾ ਵਾ ਨਾ? ਨਾਮ ਤਰਾ ਉੱਥੇ ਏ ਸੀ ਨਾ ਗੱਲ, ਨਾ ਬਾਤ, ਨਾ ਪੀਣ ਨੂੰ ਪਾਣੀ ਚੱਜਦਾ, ਨਾ ਬਹਿਣ ਨੂੰ ਜਗ੍ਹਾ ਚੱਜਦੀ। ਕੋਈ ਜਗ੍ਹਾ ਐਵੇਂ ਦੀ ਹੁੰਦੀ ਆ ਵਾ, ਹਰੇਕ ਦੇ ਘਰ ਏ ਸੀ ਨਹੀਂ ਲੱਗਾ ਹੁੰਦਾ। ਖਾਣ ਨੂੰ ਕੋਈ ਇੱਥੇ ਚੀਜ਼ ਨਹੀਂ, ਗੱਲ ਨਹੀਂ ਬਾਤ। ਕੱਲ੍ਹ ਪਤਾ ਨਾ ਉੱਥੇ ਗੁਰਪ੍ਰੀਤ ਦੀਦੀ ਕੋਲ ਗਏ ਸੀ, ਕਿੰਨਾ ਵਧੀਆ ਸੀ ਸਾਰਾ ਕੁਛ। ਲਾ ਵੇਖ ਤੇਰੀਆਂ ਆਪਦੀਆਂ ਗੱਲਾਂ ਕਿਹੋ ਜਿਹੀ ਕਰਦੀ ਆ। ਅਗਲੇ ਦੇ ਦੁਆਲੇ ਹੋਣ ਤੋਂ ਪਹਿਲੇ ਨਾ ਆਪਣੇ ਆਪ ਵੱਲ ਝਾਤੀ ਮਾਰ ਲਈ ਦੀ ਹੁੰਦੀ ਆ। ਮੈਂ ਕੁਝ ਗਲਤ ਨਹੀਂ ਕਿਹਾ? ਗਲਤ ਨਹੀਂ ਕਿਹਾ। ਆ ਗਏ ਪੁੱਤ, ਆ ਗਏ, ਆ ਗਏ ਮੰਮੀ। ਹੋਰ ਸੁਣਾ, ਮੈਨੂੰ ਕੰਮ ਹੈ, ਇੱਕ ਮਿੰਟ, ਮੈਂ ਆਉਣਾ ਵਾਂ, ਠੀਕ ਹੈ ਨਾ? ਪੁੱਤ ਚਾਹ ਪਾਣੀ ਤਾਂ ਪੀ ਲਾ, ਇੰਨੀ ਗਰਮੀ 'ਚੋਂ ਆਇਆ ਵਾਂ, ਘੜੀ ਦੱਸੋ ਮੈਨੂੰ ਰਾਜੀ ਬਾਜੀ ਕੋਈ ਗੱਲਬਾਤ? ਮੈਂ ਆਉਣਾ, ਮੇਰੇ ਕੰਮ ਹੈ ਜ਼ਰੂਰੀ। ਮੰਮੀ ਠੀਕ ਠਾਕ ਹੈ ਸਭ? ਇਹ ਤਾਂ ਐਵੇਂ ਡੇ ਭੜਪੁੰਜੇ ਜੇ, ਜਾਣ ਦਿਓ ਜਿੱਥੇ ਜਾਂਦੇ ਆ, ਬੜਾ ਵਧੀਆ ਉੱਥੇ ਸਭ ਕੁਝ। ਮੰਮੀ ਦੇ ਲੈ ਆਈ, ਬੜੀ ਖੁਸ਼ ਆ ਦੀਦੀ। ਤੇਰੇ ਨਾਲ ਇਹ ਕਿਉਂ, ਤੇਰੇ ਨਾਲ ਭੜਕਣ ਡਿਆ ਸੀ, ਕੋਈ ਗੱਲ ਹੋਈ ਉੱਥੇ? ਮੰਮੀ ਤੁਹਾਨੂੰ ਤਾਂ ਪਤਾ ਹੀ ਆ, ਇਹਨੂੰ ਤਾਂ ਮਿੰਟ ਬਾਅਦ ਭੂਤ ਚੰਬੜ ਜਾਂਦੇ ਆ, ਪਤਾ ਤਾਂ ਹੈ ਤੁਹਾਨੂੰ ਇਹਦਾ ਸੁਭਾਅ ਕਿੱਦਾਂ ਦਾ ਤੁਹਾਡੇ ਪੁੱਤ ਦਾ? ਸੁਭਾਅ ਦਾ ਤਾਂ ਪਤਾ, ਤੂੰ ਵੀ ਤਾਂ ਕੁਛ ਕਿਹਾ ਹੀ ਹੋਊ ਉੱਥੇ, ਆ ਨਹੀਂ ਇਤਨਾ ਵਾ, ਇੱਥੇ ਕੋਈ ਚੀਜ਼ ਨਹੀਂ ਗੀ, ਕੋਈ ਗਰੀਬ ਜੂ ਹੋਏਗੀ। ਮੰਮੀ ਮੈਂ ਜ਼ਿਆਦਾ ਕਰ ਆਈ ਹਾਂ ਉੱਥੇ, ਉਹ ਲੜਨ ਦਿਆ ਮੇਰੇ ਨਾਲ ਵੀ ਤੂੰ ਉੱਥੇ ਇੰਨਾ ਕੁਝ ਕੋ ਕਰਕੇ ਆਈ ਆ। ਦੱਸ, ਮੇਰੀ ਨਨਾਣ ਆ, ਮੈਂ ਕਰਨਾ ਨਹੀਂ ਆ,
ਆਹ ਕੁਝ ਡਿਆ ਜੇ ਕਰਨਾ। ਚਲੋ ਮੰਮੀ ਜਾਓ ਕੱਪ ਚਾਹ ਦਾ ਬਣਾਓ, ਚਾਹ ਪੀਣ ਨੂੰ ਜੀ ਕਰਨ ਡਿਆ। ਠੀਕ ਆ, ਆਊਗਾ ਤੇ ਕਰ ਲਾਂਗੇ ਗੱਲ। ਭੜਭੂੰਜਾ ਜਿਹਾ ਅਸੀਂ ਉੱਥੇ ਕੀ ਕਰਕੇ ਆਈ, ਉੱਥੇ ਕੀ ਕਰਕੇ ਆਈ, ਨਾ ਤੇਰੀ ਕਿਤੇ ਬਹਿ ਨੂੰ ਜਗ੍ਹਾ, ਨਾ ਖਾਣ ਨੂੰ ਕੁਝ, ਅੰਤਰਾ ਪੱਖਾ ਟੁੱਟਾ ਜਿਹਾ ਚੱਲਣ ਦਿਆ ਜਿਵੇਂ ਸਰਕਾਰੀ ਦਫ਼ਤਰਾਂ 'ਚ ਲੱਗਾ ਹੁੰਦਾ ਵਾ। ਮੇਰੀ ਕਿਹੜੀ ਗੱਲ ਆ, ਮੈਂ ਫਿਰ ਸੂਟ ਲੈ ਆਊਂਗੀ, ਉਹਨੂੰ ਵਿਚਾਰੀ ਨੂੰ ਲੋੜ ਆ, ਉਹਨੂੰ ਦੇ ਆਉਂਦੀ ਹਾਂ। ਇੱਕ ਜੂਸਰ ਆਖਣ ਡਈ ਸੀ ਵੀ ਮੇਰੇ ਕੋਲ ਜੂਸਰ ਨਹੀਂ ਹੈਗਾ, ਉਹ ਪੈਕ ਕਰ ਲਿਆ ਵਾ। ਆਪਦੀ ਸੱਸ ਸੰਭਾਲੂਗੀ, ਮੈਂ ਕਿਹੜਾ ਰੋਜ਼ ਤੁਰੀ ਹਾਂ। ਵਿਚਾਰੀ ਨੇ ਮੈਨੂੰ ਕਿੰਨੀ ਵਾਰੀ ਕਿਹਾ ਮੇਰੇ ਕੋਲ ਆ ਮੇਰੇ ਕੋਲ ਆ, ਵਿਚਾਰੇ ਮਾਤੜ ਸਾਥੀ ਤਾਂ ਹੈਗੇ। ਬੈੱਡ ਸ਼ੀਟ ਵੀ ਦੇ ਦਿੰਦੀ, ਕੋਈ ਗੱਲ ਨਹੀਂ ਮੈਂ ਫਿਰ ਲੈ ਆਊਂਗੀ ਸਮਾਨ, ਉਹਦਾ ਤਾਂ ਵਿਚਾਰੀ ਦਾ ਸਰ ਜੇ। ਜਿਹੜਾ ਬੰਦਾ ਨਹੀਂ ਖਰੀਦ ਸਕਦਾ ਉਹਦੀ ਹੈਲਪ ਤਾਂ ਕਰਨੀ ਹੈ ਨਾ, ਅਕਸਰ ਭੈਣ ਆ ਮੇਰੀ। ਸ਼ਾਮੀ ਜੀ ਜਾਊਂਗੀ ਤਾਂ ਸਮਾਨ ਦੇ ਆਊਂਗੀ, ਇਹਨਾਂ ਨੂੰ ਨਾ ਹੀ ਨਾਲ ਖੜਾ, ਮੁੜ ਕੇ ਇੰਨਾ ਸਮਾਨ ਵੇਖਣਗੇ ਲੁਕਾ ਕੇ ਪਾ ਲੈਂਦੀ ਹਾਂ, ਮੈਨੂੰ ਕੀ ਪਤਾ ਲੱਗਣ ਡਿਆ ਲਿਫਾਫਿਆਂ 'ਚ ਕੀ ਆ। ਅਜੇ ਰੋਟੀ ਪਾਣੀ ਬਣਾ ਲਾ, ਸ਼ਾਮੀ ਚੁੱਪ ਕਰਕੇ ਤਾਂ ਖਿਸਕ ਜਾਊਗੀ। ਮੈਂ ਸੋਚਣ ਡੀ ਹਾਂ ਕਿਹਨੂੰ ਲੁਕਾ ਹੀ ਦੇਵਾਂ, ਜੇ ਰਣਜੀਤ ਨੇ ਵੇਖ ਲਿਆ ਸਮਾਨ ਤਾਂ ਉਹਨੇ ਕਹਿਣਾ ਆਹ ਇੰਨਾ ਸਮਾਨ ਕਿਹਦੇ ਵਾਸਤੇ ਆ, ਜੇ ਮੰਮੀ ਨੇ ਵੇਖ ਲਿਆ ਤਾਂ ਐਵੇਂ ਰਣਜੀਤ ਦੇ ਕੰਨ ਭਰੂਗੀ। ਲੁਕਾ ਹੀ ਦਿੰਦੀ ਸਾਰਾ ਸਮਾਨ ਮੈਂ, ਜਦੋਂ ਜਾਣਾ ਹੋਊਗਾ ਚੁੱਪ ਕਰਕੇ ਵੱਡੇ ਲਿਫਾਫੇ 'ਚ ਪਾ ਕੇ ਅਤੇ ਭੱਜ ਜਾਊਂਗੀ। ਗਾਡੀ ਦੇ ਦਾ ਤੁਸੀਂ ਕਿੱਧਰੋਂ ਆ ਗਏ ਜੀ? ਆ ਕੀ ਆ ਯਾਰ, ਆ ਤੇ ਕੁਛ ਵੀ ਨਹੀਂ ਗਾ, ਇਹ ਕੀ ਆ? ਨਹੀਂ ਤੇ ਰੱਖ ਮੜਾ ਯਾਰ, ਕੀ ਚੀਜ਼ ਹੈ ਇਹ? ਰਣਜੀਤ ਸਮਾਨ ਆ ਥੋੜਾ ਜਿਹਾ, ਲੈ ਕੇ ਜਾਣਾ ਵਾ ਭੋਲੀ ਕੋ। ਭੋਲੀ ਕੋ ਤੇ ਬਿੰਦੂ ਕੋ ਦੱਸਿਆ ਦੱਸਿਆ ਨਹੀਂ ਕੁਛ ਵੀ ਯਾਰ, ਤੁਹਾਨੂੰ ਕੀ ਦੱਸਣਾ ਵਾ, ਸੂਟ ਮੇਰੇ ਆ ਸਾਰੇ, ਮੈਂ ਲੈ ਕੇ ਆਈ ਆਪਣੇ ਪੈਸਿਆਂ ਦੇ, ਤੇ ਮੈਂ ਚੱਲ ਭੈਣ ਨੂੰ ਦੇ ਆਉਣੀ ਆ। ਨਹੀਂ ਪੈਸਿਆਂ ਦਾ ਕੀ ਮਤਲਬ ਹੋਇਆ, ਤੂੰ ਲੈ ਕੇ ਆਈ ਆਪਣੇ ਪੈਸਿਆਂ ਦੇ, ਤੇਰੇ ਤੋਂ ਪੈਸੇ ਭਲਾ ਕਿੱਥੋਂ ਆਏ ਆ, ਤੂੰ ਕਿ ਨੌਕਰੀ ਕਰਦੀ ਕਿਤੇ? ਲਓ ਦੱਸੋ, ਮੇਰੇ ਕੋਲ ਭਲਾ ਪੈਸੇ ਨਹੀਂ ਹੋ ਸਕਦੇ? ਮੇਰੇ ਪੇਕੇ ਵੀ ਤਾਂ ਦਿੰਦੇ ਆ, ਪਰਾਹੁਣੇ ਆਉਂਦੇ ਉਹ ਵੀ ਮੈਨੂੰ ਪੈਸੇ ਦੇ ਕੇ ਜਾਂਦੇ ਆ, ਮੈਂ ਆਪਣੇ ਸਾਂਭ ਛੱਡਦੀ ਹਾਂ। ਮੈਂ ਆਪਣੀ ਭੈਣ ਕੋਲ ਥੋੜ੍ਹਾ ਜਿਹਾ ਸਮਾਨ ਖੜਨ ਲੱਗੀ, ਆਹ ਵਿਚਾਰੀ ਕੋਲ ਮਿਕਸਰ ਹੈ ਨਹੀਂ ਜੂਸਰ, ਮੈਂ ਕਿਹਾ ਚੱਲ ਮੈਂ ਲੈ ਜਾਂਦੀ ਹਾਂ। ਜਿਹੜਾ ਇੰਨਾ ਕੁਝ ਜੋੜ ਕੇ ਬੈਠੀ ਹੈ ਨਾ, ਇਹ ਮੈਨੂੰ ਪਤਾ ਲੱਗ ਗਿਆ ਤੂੰ ਕਿੱਥੋਂ ਲਏ ਪੈਸੇ ਤੂੰ, ਇਹ ਕੋਈ ਪਰਾਹੁਣੇ ਪਰਾਹੁਣੇ ਵਾਲੇ ਪੈਸੇ ਨਹੀਂ ਤੇ ਨਾ ਤੂੰ ਕੋਈ ਜੋੜੇ ਆ। ਕੀ ਮਤਲਬ ਤੁਹਾਡਾ? ਅੱਛਾ, ਕੱਲ੍ਹ ਮੇਰੀ ਭੈਣ ਤੋਂ ਕਹਿਣਾ ਜਿਹੜਾ ਜਿਹੜਾ ਉਹਨੂੰ ਸੜਿਆ ਸੂਟ ਦੇ ਆਈ ਆ, ਹੋਰ 150-200 ਵਾਲਾ, ਉਹ 'ਚ ਕੁੰਡੀਆਂ ਮਾਰੀਆਂ ਤੂੰ। ਮੇਰੀ ਗੱਲ ਸੁਣ, ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ, ਤੇਰੀ ਫਿਤਰਤ ਜਾਣਦਾ ਮੈਂ, ਪਤਾ ਲੱਗ ਗਿਆ ਮੈਨੂੰ। ਉਹ ਗਾੜੀ ਮਾਸੀ ਜੀ ਹੋਣੀ ਵੀ ਅੰਨੇ ਨਹੀਂ ਆ, ਉਹਨਾਂ ਨੂੰ ਦਿਖ ਦਿਆ ਸੀ ਤੇਰੀਆਂ ਕਰਤੂਤਾਂ ਦਾ। ਨਹੀਂ ਮਾੜਾ ਦੇ ਕੇ ਆਈ ਆ, ਮਾੜਾ ਦੇ ਕੇ ਆਈ ਕੁਝ, ਸਾਰਾ ਕੁਝ ਵਧੀਆ ਦੇ ਕੇ ਆਈ ਆ, ਜੋ ਕੁਝ ਦੇਣਾ ਚਾਹੀਦਾ ਸੀ ਨਾ ਉਹ ਕੁਝ ਦੇ ਕੇ ਆਈ ਆ ਮੈਂ। ਮੈਂ ਥਾਂ ਪਰ ਥਾਂ ਦੋਵਾਂ ਨੂੰ ਰੱਖਿਆ ਵਾ। ਉਹ ਮੇਰੀ ਭੈਣੀ ਜਿਹਨੇ ਮੱਥੇ ਵੱਟ ਨਹੀਂ ਪਾਇਆ, ਉਹ ਵਿਚਾਰੀ ਨੂੰ ਭਾਵੇਂ ਜੋ ਮਰਜ਼ੀ ਦੇ ਦੇ ਉਹ ਕੁਛ ਨਹੀਂ ਕਹਿੰਦੀ, ਪਰ ਤੈਨੂੰ ਸੋਚਣਾ ਚਾਹੀਦਾ ਮੈਂ ਕੀ ਕਰਕੇ ਆਈ ਉੱਥੇ। ਮਾੜਾ ਜਿਹਾ ਸਮਾਨ ਆਪਣੀ ਭੈਣ ਵਾਸਤੇ ਪੈਕ ਕਰ ਲਿਆ। ਆਪੇ ਕੱਲੀ ਮੂੰਹ ਚੋਂ ਕਿ ਤਰ ਪਈ ਆ ਮੈਨੂੰ ਕੁਝ, ਮੈਨੂੰ ਨਹੀਂ ਦੱਸਣਾ ਤੂੰ। ਨਹੀਂ ਤੇ ਦੱਸਣ, ਤੁਹਾਨੂੰ ਮੈਂ ਪੁੱਲ ਤੇ ਜਾਂਦੀ, ਆਪੇ ਤੇ ਤੁਸੀਂ ਗਏ ਜੇ ਕੰਮ ਕਰ ਰਹੀ ਨਾ, ਮੈਂ ਕਰ ਹੋਣਾ ਇਹ ਜੇ ਆਪੇ ਕਹਿੰਦੇ ਮੈਂ ਚੱਲਿਆ ਵਾਂ, ਕੋਈ ਦੋਸਤ ਆਇਆ ਮੇਰਾ।
100 ਚੀਜ਼ਾਂ ਵਾ ਕਿ ਚਿੱਠੀ ਪਾਉਣੀ ਮੈਨੂੰ ਤੇ ਮੈਂ ਤੁਰ ਪਈ ਆ ਮੈਂ ਪੈਕ ਕਰਕੇ ਰੱਖਿਆ ਹੱਲੇ ਸ਼ਾਮੀ ਜਾਣਾ ਵਾ ਤੁਹਾਨੂੰ ਤੇ ਮੰਮੀ ਜੀ ਨੂੰ ਵਿਖਾਉਣਾ ਸੀ ਮੈਂ ਲੱਗੀ ਹਾਂ ਤੇ ਰੱਖਣ ਸਮਾਨ ਵੀ ਮੁੜ ਕੇ ਕਾਲੀ ਕਾਲੀ ਚੀਜ਼ਾਂ ਛੱਡ ਜੂੰਗੀ ਤੁਹਾਡੇ ਤਾਂ ਡੇਲੇ ਪਾਟ ਗਏ ਵੇਖ ਕੇ ਵੀ ਚਾਰ ਚੀਜ਼ਾਂ ਕੀ ਪਾਲੀਆਂ ਲਿਫਾਫੇ 'ਚ ਡੇਲੇ ਪਾਟਨੇ ਨਹੀਂ ਆ ਅੱਧਾ ਘਰ ਤੇ ਇਕੱਠਾ ਕਰਕੇ ਤੂੰ ਦੇ ਆਉਣ ਲੱਗੀ ਆ ਨਹੀਂ ਕੀ ਦੇਤਾ ਉਹਨੂੰ ਵਿਚਾਰੀ ਨੂੰ ਮੈਂ ਕਿੰਨਾ ਕੁ ਸਮਾਨ ਲੈ ਕੇ ਚੱਲੀ ਵਿਚਾਰੀ ਆਪ ਤੇ ਤੁਹਾਡੀਆਂ ਭੈਣਾਂ ਨੂੰ ਮੈਂ ਟੋਪਸ ਪਾ ਕੇ ਆਈ ਤਾਂ ਵੀ ਨਹੀਂ ਤੁਹਾਡੇ ਕਿਤੇ ਮਾਸਾ ਫਰਕ ਪਿਆ ਇੱਕ ਨੂੰ ਪਾ ਕੇ ਆਈ ਆ ਜਿਹੜੀ ਥੋੜੀ ਸਹੀਂਦੀ ਆ ਤੇ ਦੂਜੀ ਨੇ ਕੀ ਕਹਿਤੀ ਆਈ ਆ ਮੈਨੂੰ ਪਤਾ ਨਹੀਂ ਆ ਇਸ ਲਈ ਮੈਂ ਔਖਾ ਹੋ ਗਿਆ ਹੁੰਦੇ ਤੇਰੇ ਨਾਲ ਉਹਨੇ ਕੀ ਮੇਰੇ ਵੱਲੋਂ ਇਹਨੂੰ ਵੀ ਦੇਣ ਦੀ ਕੋਈ ਗੱਲ ਨਹੀਂ ਸੀ ਪਰ ਜਿਹੜਾ ਤੂੰ ਦੂਜੀ ਤਰ੍ਹਾਂ ਹਰਕਤਾਂ ਕਰਕੇ ਆਈ ਨਾ ਮੈਨੂੰ ਇਹ ਚੰਗੀਆਂ ਨਹੀਂ ਲੱਗੀਆਂ ਤੇਰੀਆਂ ਉਹਨੇ ਕੀ ਕਰਨੇ ਟੋਪਸ ਬਰਾਬਰ ਤਾਂ ਦੇਖ ਲਈਏ ਕਿਉਂ ਉਹਨੂੰ ਸੂਟ ਦੇ ਆਈ ਆ ਨਾ ਇੰਨਾ ਬਹੁਤ ਕੰਨ ਨਹੀਂ ਹੈਗੀ ਬਾਰੇ ਤਾਂ ਕੰਨਾਂ 'ਚ ਅੱਛਾ ਜਿਹੜੀ ਭੋਲੀ ਫਿਰ ਉਹ ਵਿਮਲ ਅਰਗੀ ਆ ਨਾ ਉਹਦੇ ਹਾਲਾਤ ਘਰ ਦੇ ਉਦਾਂ ਦੀ ਹੈ ਨਾ ਚੱਲ ਮੇਰੀ ਗੱਲ ਸੁਣ ਫਿਰ ਆਹ ਰੱਖ ਸਮਾਨ ਸਾਰਾ ਅੰਦਰ ਚੱਲ ਮੇਰੇ ਨਾਲ ਬਾਜ਼ਾਰ ਜਿੱਦਾਂ ਦਾ ਉਹਨੂੰ ਮੇਰੀ ਭੈਣ ਨੂੰ ਸੂਟ ਦੇ ਕੇ ਆਈ ਹੈ ਨਾ ਉਹਦੇ ਨਾਲ ਦਾ ਲੈ ਕੇ ਦੇ ਆਉਣੇ ਆ ਚੱਲ 50 ਰੁਪਈਆ ਮਹਿੰਗਾ ਲੈ ਕੇ ਦੇ ਦੂੰਗਾ ਕੋਈ ਗੱਲ ਨਹੀਂ ਆ ਠੀਕ ਹੈ ਨਾ ਚੱਲ ਨਹੀਂ ਤੇ ਕੀ ਗੱਲ ਆ ਆਹ ਮਾੜੇ ਜਿਹੜੇ ਮੈਂ ਪੈਕ ਕੀਤੇ ਆ ਮੇਰੀ ਮਰਜ਼ੀ ਮੈਂ ਇਹੋ ਲੈ ਕੇ ਜਾਣੇ ਆ ਇਹ ਗੱਲਾਂ ਤੂੰ ਵਿਮਲ ਨਾਲ ਦੇ ਦੇਣਾ ਆ ਚਲਾਕੀਆਂ ਜੇ ਮੇਰੇ ਨਾਲ ਨਾ ਵਰਤਿਆ ਕਰਦਾ ਸਾਰਾ ਮੈਂ ਆਪਣੇ ਸੂਟ ਹੀ ਦੇ ਕੇ ਆਉਣੇ ਆ ਵਿਮਲ ਨਾਲ ਦਾ ਦੇ ਦੇਣਾ ਮੇਰੀ ਭੈਣ ਮੈਂ ਮਾਤਾ ਨਾਲ ਕਰਦਾ ਗੱਲ ਖੁਲਿਆ ਹਾਏ ਰੱਬਾ ਇਹਨੇ ਤਾਂ ਸਾਰਾ ਸਮਾਨ ਵੇਖ ਲਿਆ ਵਾ ਹੁਣ ਮੈਂ ਕੀ ਕਰਾਂ ਇਹਨਾਂ ਨੇ ਤਾਂ ਮਾਤਾ ਨੂੰ ਦੱਸ ਦੇਣਾ ਜਾ ਕੇ ਮੈਂ ਤਾਂ ਸੱਚੀ ਵਿਮਲ ਨੂੰ ਉਹੋ ਜਿਹੇ ਸਮਾਨ ਦੇ ਕੇ ਆਈ ਹਾਂ ਕਿ ਚੱਲ ਉਹਨੇ ਤਾਂ ਉਹਨੇ ਨਾਲ ਖੁਸ਼ ਹੋ ਜਾਣਾ ਵਾ ਆਪਣੀ ਭੈਣ ਲਈ ਤਾਂ ਮੈਂ ਵਧੀਆ ਵਧੀਆ ਸੂਟ ਸਾਰੇ ਚੁਣ ਕੇ ਰੱਖੇ ਸੀ ਕਿ ਚੱਲ ਮੈਂ ਨਾ ਸਵਾਉਂਗੀ ਉਹਨੂੰ ਦੇ ਆਊਂਗੀ ਵਿਚਾਰੀ ਗਰੀਬਣੀ ਆ ਚੰਗਾ ਸਿਆਪੇ ਨੂੰ ਫੜੀ ਗਈ ਮੈਂ ਹੁਣ ਜਾ ਕੇ ਮਾਤਾ ਨੂੰ ਦੱਸਣਗੇ ਪੱਕੀ ਗੱਲ ਆ ਹੁਣ ਮੇਰੀਆਂ ਗਲੀਆਂ ਪਿਛਲੀਆਂ ਸਾਰੀਆਂ ਸੁਣਾਉਣਗੇ ਮੈਨੂੰ ਕੱਲ੍ਹ ਦੇ ਆਏ ਆ ਬੁੜਬੁੜ ਕਰੀ ਜਾਂਦੇ ਲੜੀ ਜਾਂਦੇ ਪਤਾ ਨਹੀਂ ਇਹਨਾਂ ਦੋਵਾਂ 'ਚ ਕੀ ਗੱਲ ਆ ਮੈਨੂੰ ਨਹੀਂ ਕੁਛ ਦੱਸਦੇ ਮਾਤਾ ਹਾਂ ਪੁੱਤਰ ਤੈਨੂੰ ਕੀ ਦੱਸੀਏ ਆਪਣੇ ਅੰਦਾਜ਼ੇ ਲਾਈ ਜਾਂਦੇ ਆ ਆਹ ਤੇਰੀਆਂ ਨੌਂ ਦੀਆਂ ਕਤੂਤਾਂ ਸੁਣ ਲਾ ਇਹ ਕੀ ਕਰਦੀ ਹੈ ਇਹ ਗੱਲ ਕੀ ਕਰਦੀ ਹੈ ਪੁੱਤ ਕੀ ਕੀਤਾ ਇਹਨੇ ਕੀ ਦੱਸਾਂ ਤੈਨੂੰ ਮੈਂ ਇਹ ਕੱਲ੍ਹ ਵਿਮਲ ਤੋਂ ਗਈ ਨਾ ਗਈ ਉਹਦੇ ਕੋਲ ਕੀ ਦੱਸਾਂ ਕਿੱਦਾਂ ਦਾ ਸੂਟ ਲੈ ਗਈ ਉਹਦੇ ਕੋਲ ਮੈਨੂੰ ਇੰਨੀ ਸ਼ਰਮ ਆਵੇ ਉੱਥੇ ਮੇਰੀ ਭੈਣ ਕੋ ਗਈ ਹੈ ਤੇ ਤੂੰ ਸੂਟ ਕਿੱਦਾਂ ਦਾ ਚੁੱਕ ਕੇ ਲੈ ਗਈ ਆ ਇਹਨੂੰ ਤਾਂ ਮੈਂ ਕਿਹਾ ਸੀ ਵੀ ਵਧੀਆ ਖੜੀ ਜਿਹੋ ਜਿਹਾ ਦੂਜੀ ਦਾ ਖੜੇ ਹੋ ਜਾ ਖੜੀ ਖਾਉਂਦੇ ਹੀ ਤੇ ਅੱਜ ਦੀ ਗੱਲ ਦੱਸ ਦਿੰਦਾ ਤੁਹਾਨੂੰ ਮੈਂ ਅੱਜ ਕੀ ਕੀਤਾ ਵੇਖਿਆ ਜਾ ਕੇ ਤਾਂ ਇੰਨਾ ਸਮਾਨ ਇਕੱਠਾ ਕਰਕੇ ਬੈਠੀ ਨਾ ਕਿਹਦੇ ਵਾਸਤੇ ਉਹ ਭੋਲੀ ਨਹੀਂ ਇਹਦੀ ਭੈਣ ਦੀ ਰਿਸ਼ਤੇਦਾਰੀ ਜਿਹੜੀ ਉਹਦੇ ਲਈ ਲੈ ਕੇ ਚੱਲੀ ਤੇ ਕਿਉਂ ਨਹੀਂ ਮੇਰੀ ਧੀ ਵਾ ਤੇ ਇਹੋ ਜਿਹਾ ਖੜਿਆ ਤੇ ਆਪਣੀਆਂ ਤੇ ਪੰਡ ਬੰਨ ਕੇ ਤੁਰ ਪਈ ਇਹਦੇ ਉੱਤੇ ਗੱਲ ਚੰਗੀ ਥੋੜ੍ਹਾ ਤੂੰ ਮੈਨੂੰ ਦੱਸ ਕੀ ਖੜਿਆ ਮੈਂ ਵੇਖਾਂ ਵੀ ਕੀ ਕਰਦੀ ਫਿਰਦੀ ਹੈ ਥੋੜ੍ਹੀ ਬਹੁਤੀ ਸ਼ਰਮ ਚਾਹੀਦੀ ਆ ਮੰਮੀ ਚੰਗਾ ਭਲਾ ਸੂਟ ਖੜਿਆ ਵਾ ਐਡਾ ਵਧੀਆ ਤੇ ਟੌਪ ਸੀ ਨਹੀਂ ਨਾ ਖੜਿਆ ਸੂਟ ਲੈ ਗਈ ਤੂੰ ਤੇ ਟੌਪਸ ਕਿੱਥੇ ਆ ਜਿਹੜੇ ਬਣਵਾਏ ਦੂਜੀ ਨੂੰ ਤੇ ਦੇ ਆਈ ਤੇ ਉਹਨੂੰ ਨਹੀਂ ਦੇਣੇ ਹੁਣ ਆਪਣੀ ਭੈਣ ਦਾ ਤੇ ਗੱਡ ਬੰਨ ਕੇ ਤੁਰ ਮੰਮੀ ਟੋਪਸ ਕੀ ਕਰਨੇ ਆ ਉਹਦੇ ਹਿਸਾਬ ਨਾਲ ਸੂਟ ਪਤਾ ਕਿੱਡੇ ਸੋਹਣੇ ਸੀ ਉਹ ਕਿਤੇ ਟੋਪਸ ਪਾਉਂਦੀ ਰਹੀ ਅੱਜ ਤੱਕ ਇਹ ਨਹੀਂ ਗੱਲ ਹੁੰਦੀ ਹਿਸਾਬ ਨਾਲ ਗੱਲ ਨਹੀਂ ਜੋ ਦੋ ਬਰਾਬਰ ਦੋਵਾਂ ਨੂੰ ਦਿਓ ਐਵੇਂ ਬਰਾਬਰ ਦੋ ਹੁਣ ਉਹ ਗੁਰਪ੍ਰੀਤ ਦੀਦੀ ਆਪਣੇ ਘਰੋਂ ਚੰਗੀ ਭਲੀ ਆ ਉਹਦੇ ਲਈ ਮੈਂ ਟੋਪਸ ਬਣਾ ਕੇ ਲੈ ਗਈ ਤੇ ਇਹਦੇ ਲਈ ਮੈਂ ਸੂਟ ਬਣਾ ਕੇ ਲੈ ਗਈ ਕੱਲ੍ਹ ਤੂੰ ਉਹਨਾਂ ਨੂੰ ਦੇ ਕੇ ਆਈ ਤੈਨੂੰ ਐਡੀ ਕਾਲੀ ਚੜ ਗਈ ਅੱਜ ਭੈਣ ਵਾਤੇ ਐਡੀ ਸੱਸ ਦਾ ਵੀ ਮੈਂ ਸੂਟ ਬਣਾਇਆ ਵਾਂ ਕਿੰਨਾ ਖਰਚਾ ਕਰਕੇ ਆਈ ਹਾਂ ਮੈਂ ਹੈ ਆਉਣ ਲੱਗੇ ਮੈਂ ਸਗਨ ਵੀ ਰੱਖਿਆ ਸੂਟਾਂ 'ਤੇ ਹੋਰ ਦੱਸੋ ਮੈਂ ਕੀ ਕਰਾਂ ਤੇ ਇੰਨੇ ਪੈਸੇ ਕਿੱਥੋਂ ਆ ਗਏ ਹੁਣ ਭੈਣ ਵਾਤੇ ਲੈ ਕੇ ਤੁਰ ਪਈ ਹਾਂ
ਹੁਣ ਗੰਢ ਬਣ ਕੇ ਕਿੰਨੇ ਜੋੜਦੀ ਪੈਸੇ ਐ ਤੇ ਰਿਸ਼ਤੇਦਾਰਾਂ ਦੇ ਜਿਹੜੇ ਲਿਆ ਲਿਆ ਰੱਖੇ ਉਹ ਵੀ ਜੋੜਦੀ ਨਹੀਂ ਮੇਰੇ ਕੋਈ ਪੈਸਾ ਨਹੀਂ ਹੁੰਦਾ ਭਲਾ ਮੇਰੇ ਵੀ ਮਾਂ ਪਿਓ ਦੇ ਕੇ ਜਾਂਦੇ ਨੇ ਪੇਕੇ ਮੇਰੇ ਦਿੰਦੇ ਨੇ ਕੋਈ ਪ੍ਰਾਹੁਣਾ ਆ ਜਾਇਓ ਮੇਰੇ ਨੂੰ ਸਗਨ ਦੇ ਕੇ ਗਿਆ ਵਾ ਮੇਰੇ ਪੈਸੇ ਨਹੀਂ ਮੈਨੂੰ ਭੈਣ ਪਤਾ ਸਭ ਕੁਝ ਇੱਥੋਂ ਹੀ ਹੁੰਦੀ ਆਉਂਦੇ ਆ ਪੈਸੇ ਉਹ ਵੀ ਮੰਨ ਲਿਆ ਹੁੰਦੇ ਆ ਤੇਰੇ ਕੋਲ ਪੈਸੇ ਜਿਹੜੇ ਤੇਰੇ ਰਿਸ਼ਤੇਦਾਰ ਦੇ ਕੇ ਜਾਂਦੇ ਨੇ ਭੈਣ ਭਰਾ ਜਿਹੜੇ ਮਾਂ ਪਿਓ ਪੈਸੇ ਦੇ ਕੇ ਜਾਂਦੇ ਆ ਉਹਨਾਂ ਪੈਸਿਆਂ 'ਚ ਵਿਮਲ ਨੂੰ ਕਿਉਂ ਨਹੀਂ ਦੇ ਗਈ ਤੂੰ ਕੋ ਹੁਣ ਦੇ ਜਵਾਬ ਮੈਨੂੰ ਵਿਮਲ ਨੂੰ ਮੰਮੀ ਮੈਂ ਉਹਦੀ ਹੈਸੀਅਤ ਮੁਤਾਬਕ ਮੈਂ ਉਸ ਤੋਂ ਕਿਤੇ ਜ਼ਿਆਦਾ ਦੇ ਕੇ ਆਈ ਹਾਂ ਹੈਸੀਅਤ ਨੂੰ ਕੀ ਮਤਲਬ ਤੇਰਾ ਕਹਿਣ ਦਾ ਗੱਲ ਐਸੇ ਘਰੋਂ ਗਈ ਹੈ ਮੇਰੀ ਭੈਣ ਸਾਡੀ ਹੈਸੀਅਤ ਮਾੜੀ ਹੈ ਮਤਲਬ ਤੇਰਾ ਤੇ ਘੋੜਾ ਦੇ ਦਿਓ ਉਹਨੂੰ ਕਾਲਾ ਗਈ ਹੈ ਇੱਥੋਂ ਤੇ ਅਸੀਂ ਕੀ ਕਰੀਏ ਗਈ ਆ ਤੇ ਮੈਨੂੰ ਤੇ ਆਪਣੀ ਚੰਗੀ ਲੱਗਦੀ ਆ ਤੂੰ ਦੇ ਯਾਰ ਕਾਲਾ ਘੋੜਾ ਲੈ ਕੇ ਸਾਰਾ ਕੁਛ ਇਕੱਠਾ ਕਰ ਲਿਆ ਸਾਰਾ ਕੁਛ ਬਖਾ ਕਸੂਰ ਤੇ ਸਾਰਾ ਇਹਦਾ ਮੈਂ ਕੱਲ੍ਹ ਕਿਹਾ ਸੀ ਵੀ ਉਹਨੂੰ ਕਹਿ ਮੇਰੇ ਕੋਲ ਲਿਆ ਕੀ ਖਾਣ ਲੱਗੀ ਵਿਮਲ ਵਾਸਤੇ ਮੈਨੂੰ ਵੇਖਣ ਨਹੀਂ ਦਿੱਤਾ ਨਾ ਉਹਨੇ ਮੈਨੂੰ ਵਿਖਾਇਆ ਉਹਦਾ ਢਿੱਡ ਚੋਰ ਹੀ ਤੂੰ ਗੱਲ ਕਰਦੀ ਨਾ ਹੈਸੀਅਤ ਦੀ ਹੈਸੀਅਤ ਦੀ ਗੱਲ ਕਰਦੀ ਆ ਤੂੰ ਔਰ ਜਿਹੜੀ ਉਹ ਤੇਰੀ ਭੈਣ ਕੋਲ ਚੱਲੀ ਨਾ ਤੂੰ ਉਹਦੀ ਹੈਸੀਅਤ ਵੀ ਵੇਖੀ ਮੈਂ ਕਿੰਨੀ ਕਿਹਾ ਤੇ ਹੁਣ ਹੈਸੀਅਤ ਦੇ ਮੁਤਾਬਕ ਹੀ ਤੂੰ ਲੈ ਕੇ ਜਾਏਂਗੀ ਉਹਦੇ ਕੋਲ ਜੋ ਵੀ ਲੈ ਕੇ ਖਬਰਦਾਰ ਮੇਰੀ ਭੈਣ ਨੂੰ ਚੰਗਾ ਮਾੜਾ ਕਿਹਾ ਤੇ ਲੱਗੀ ਸਮਝ ਉਹ ਮੇਰੀ ਭੈਣ ਆ ਜਿੱਦਾਂ ਦੀ ਵੀ ਹੈਗੀ ਆ ਗਰੀਬ ਆ ਅਮੀਰ ਆ ਅੱਛਾ ਇਹ ਗੱਲ ਹੈ ਨਾ ਗੇੜ ਟੱਪ ਕੇ ਤਾਂ ਵਗਾ ਤੂੰ ਮਾਂ ਦੀਆਂ ਧੀਆਂ ਤੇਰੇ ਲੱਤਾਂ ਵਿੱਚ ਹੀ ਛਾਂਗਦਾ ਤੇਰੀਆਂ ਮੈਂ ਕਿੱਦਾਂ ਨਾ ਪੁੱਤ ਇੰਨਾ ਗਰਮ ਨਹੀਂ ਹੋਈਦਾ ਗਰਮ ਕਿਹੜਾ ਵਾ ਮਾਤਾ ਉਹਨੂੰ ਸਮਝਾ ਉਹਨੂੰ ਪਤਾ ਲੱਗਾ ਗਾੜੀ ਸਮਝ ਲੱਗੂਗੀ ਵੀ ਮੈਂ ਤਰ੍ਹਾਂ ਉਹਦੇ ਕੋਈ ਤਰ੍ਹਾਂ ਗਈ ਤੇ ਹੁਣ ਚੱਲੀ ਤੇ ਹੁਣ ਮੈਨੂੰ ਮੇਰੀ ਬੇਇੱਜ਼ਤੀ ਹੋਈ ਗਾ ਕਰੂਗੀ ਨਾ ਉਹਨੂੰ ਸਮਝ ਆ ਜੂਗੀ ਮੈਨੂੰ ਨਹੀਂ ਲੱਗਦਾ ਸਮਝਾਇਆ ਸਮਝਣ ਵਾਲੀ ਹੈਗੀ ਮੰਮੀ ਮੈਂ ਕੀ ਮਾੜਾ ਕਰਤਾ ਵਾ ਉਹਨੂੰ ਮੈਂ ਉਹਦੇ ਮੁਕਾਬਲੇ ਰੱਖਿਆ ਵਾ ਉਹਨੂੰ ਮੈਂ ਉਹਦੀ ਹੈਸੀਅਤ ਮੁਤਾਬਕ ਦੇ ਕੇ ਆਈ ਆ ਦੇ ਕੇ ਵੀ ਆਈ ਆ ਫੇਰ ਹੈਸੀਅਤ ਆ ਸਮਝਾਉਣਾ ਇਹਨੂੰ ਇਹ ਸਮਝਣ ਨੂੰ ਤਿਆਰ ਹੀ ਨਹੀਂ ਇਹ ਉਹ ਗੱਲਾਂ ਕਰੀ ਜਾਂਦੀ ਨਿਆਣਿਆਂ ਵਾਲੀਆਂ ਜੇ ਮੈਂ ਆਪਣੀ ਭੈਣ ਲਈ ਮਾੜੀਆਂ ਜਿਹੀਆਂ ਚੀਜ਼ਾਂ ਪੈਕ ਕੀਤੀਆਂ ਨਾਲ ਹੀ ਤੁਹਾਡੀ ਜਾਨ ਨਿਕਲਦੀ ਆ ਮੈਂ ਆਪਣੇ ਪੈਸੇ ਦੀਆਂ ਦੇਣ ਦੀ ਆ ਮੈਂ ਤੁਹਾਡਾ ਕੁਝ ਨਹੀਂ ਲੈ ਕੇ ਚੱਲੀ ਉਹ ਮੋਟੇ ਦਿਮਾਗ ਲਈ ਤੈਨੂੰ ਮੈਂ ਕਿੱਦਾਂ ਸਮਝਾਵਾਂ ਭੈਣ ਭਾਵੇਂ ਗਰੀਬ ਆ ਭਾਵੇਂ ਅਮੀਰ ਆ ਮੇਰੇ ਲਈ ਦੋਵੇਂ ਬਰਾਬਰ ਹੀ ਆ ਉਹ ਤੇ ਤੇਰੇ ਲਈ ਵੀ ਜਿੱਦਾਂ ਬਰਾਬਰ ਹੀ ਆ ਜਿਹਦੇ ਕੋਲ ਲੈ ਕੇ ਚੱਲੀ ਇੰਨਾ ਕਰੀ ਇਕੱਠਾ ਕਰਕੇ ਸਮਾਨ ਸਾਰਾ ਚੱਲ ਪੁੱਤ ਸਮਝਦੀ ਗਣੀ ਤੂੰ ਚੱਲ ਗਰਮ ਨਾ ਹੋ ਪੁੱਤ ਇਹਦੇ ਮਾਂ ਪਿਓ ਨੂੰ ਆਪਾਂ ਸੱਦੀਏ ਤੇ ਇੱਥੇ ਬਹਿ ਕੇ ਗੱਲ ਕਰੀਏ ਵੀ ਇਹ ਕੀ ਕਰਦੀ ਫਿਰਦੀ ਆ ਬਿਲਕੁਲ ਮੰਮੀ ਉਹਨਾਂ ਦਾ ਮੇਰੇ ਮਾਂ ਪਿਓ ਨੇ ਇੱਥੇ ਆਣ ਕੇ ਕੀ ਕਰਨਾ ਵਾ ਉਹ ਵਿੱਚ ਕਿੱਥੋਂ ਆ ਗਏ ਐਵੇਂ ਨਾ ਉਹਨਾਂ ਨੂੰ ਝੂਠੀਆਂ ਸੱਚੀਆਂ ਲਾਓ ਅੱਛਾ ਸਾਡੇ ਸਮਝਾਇਆ ਸਮਝੇ ਨਾ ਹੈ ਮਾਂ ਪਿਓ ਨੂੰ ਸੱਦੀਏ ਨਾ ਉਹਨਾਂ ਨੂੰ ਸੱਦੀਏ ਨਾ ਬੱਲੇ ਤੇਰੇ ਸੱਦੂਗਾ ਮੈਂ ਤੇ ਜੇ ਤੇਰਾ ਹੋਰ ਵੀ ਲਾਗੇ ਚਾਚਾ ਤਾਇਆ ਨਾ ਉਹਨੂੰ ਵੀ ਸੱਦੂਗਾ ਮੈਂ ਇੰਨੀਆਂ ਚਲਾਕੀਆਂ ਇੰਨੀਆਂ ਚਲਾਕੀਆਂ ਇੱਥੇ ਨਹੀਂ ਚੱਲਣੀਆਂ ਪਿੱਛੇ ਹੀ ਕਰਦੀ ਹੋਵੇਗੀ ਇੱਥੇ ਬਰਾਬਰ ਹੀ ਕੰਮ ਚੱਲੂ ਨਹੀਂ ਉਹਨਾਂ ਨੇ ਮੈਨੂੰ ਕੀ ਦੇ ਕੇ ਤੋਰਿਆ ਹੈ ਗੁਰਪ੍ਰੀਤ ਦੀਦੀ ਨੇ ਮੈਨੂੰ ਇੰਨਾ ਕੁਝ ਦਿੱਤਾ ਐਡਾ ਵਧੀਆ ਸੂਟ ਦਿੱਤਾ ਇੰਨਾ ਬੜਾ ਸਗਨ ਦਿੱਤਾ ਤੇ ਉਹਨੇ ਵਿਮਲ ਡੈਡੀ ਨੇ ਮੈਨੂੰ ਕੀ ਦੇ ਕੇ ਤੋਰਿਆ ਤੇ ਆ ਲੈਣ ਦੇਣ ਤੋਂ ਹੀ ਲੜਨ ਦੇ ਜੇ ਹੋਰ ਕੀ ਕਰਨ ਦੇ ਜੇ ਮਾਂ ਪੁੱਤ ਤੁਸੀਂ ਆਪਾਂ ਦੇਣ ਗਏ ਹਾਂ ਲੈਣ ਨਹੀਂ ਗਏ ਉਹਨੇ ਕੋ ਜੋ ਵੀ ਦਿੱਤਾ ਨਾ ਉਹਨੇ ਤੈਨੂੰ ਬੜਾ ਵਧੀਆ ਦਿੱਤਾ ਤੇ ਮੈਂ ਸਾਡੇ ਘਰੇ ਦੇਣ ਆਉਣਗੇ ਨਾ ਮਾੜਾ ਦੇਣਗੇ ਤੂੰ ਉਧਰ ਗੱਲ ਕਰੀ ਉੱਥੇ ਤੁਸੀਂ ਦੇਣ ਗਏ ਸੀ ਹਨਾ ਲੈਣ ਦਾ ਕੋਈ ਮਤਲਬ ਨਹੀਂ ਤਾਂ ਆ ਇੱਥੇ ਮਾੜਾ ਜਿਹਾ ਸਮਾਨ ਪੈ ਕੇ ਤੇ ਤੁਹਾਡੀ ਮਾਂ ਪੁੱਤਾਂ ਦੀ ਜਾਨ ਨਿਕਲਣ ਡਈ ਨਹੀਂ ਭੈਣਾ ਤੀਆਂ ਕੋ ਲਈਦਾ ਨਹੀਂ ਦਈਦਾ ਵਾ ਉਹ ਜਿਆਦੀਆਂ ਗੱਲਾਂ ਨਹੀਂ ਕਰਨ ਦਾ ਫਾਇਦਾ ਤੁਹਾਡਾ ਇਹ ਆ ਤੁਹਾਡੀ ਧੀ ਨਹੀਂ ਆ ਮੇਰੀ ਭੈਣ ਤੁਹਾਡੀ ਧੀ ਨਹੀਂ ਹੈ ਤੇ ਧੀ ਆ ਪਰ ਤੂੰ ਵੀ ਵਿਤਕਰਾ ਕਰਦੀ ਆ ਨਾ ਤੁਸੀਂ ਨਹੀਂ ਕਰਨ ਡੇ ਤੁਸੀਂ ਵੀ ਤੇ ਕਰਨ ਡੇ ਜੇ ਮੈਂ ਹਿਸਾਬ ਲਾ ਲਿਆ ਤੇਰਾ ਠੀਕ ਹੈ ਨਾ ਤੇਰੇ ਨਹੀਂ ਪੱਲੇ ਪੈਣੀ ਤੇਰੇ ਖਾਨੇ 'ਚ ਗੱਲ ਪੈਣੀ ਨਹੀਂ ਆ ਮੈਂ ਲੱਗਾ ਫੋਨ ਤੇਰੇ ਘਰੇ ਕਰਨ ਤੇ ਉਹਨਾਂ ਨਾਲ ਕਰਦਾ ਮੈਂ ਗੱਲ ਠੀਕ ਹੈ ਨਾ ਮੇਰੀ ਗੱਲ ਸੁਣ ਲਓ ਹਾਂ ਖਬਰਦਾਰ ਮੇਰੇ ਘਰ ਫੋਨ ਕੀਤਾ ਤੇ ਤੈਨੂੰ ਪੁੱਛ ਕੇ ਕਰਨਾ ਮੈਂ ਕਿਹਾ ਨਾ ਨਹੀਂ ਕਰਨਾ ਅੱਛਾ ਕਿਉਂ ਨਹੀਂ ਕਰਨਾ ਭਲਾ ਨਹੀਂ ਕਰਨਾ ਬਸ ਮੇਰੇ ਘਰੇ ਫੋਨ ਨਹੀਂ ਜਾਣਾ ਚਾਹੀਦਾ ਤੇ ਮੇਰੀ ਕੋਈ ਸ਼ਿਕਾਇਤ ਨਹੀਂ ਲੱਗਣੀ ਚਾਹੀਦੀ ਇੰਨਾ ਤੁਹਾਨੂੰ ਮੈਂ ਕਹਿਤਾ ਜੇ ਮੇਰੇ ਮਾਂ ਪਿਓ ਬੜੇ ਬੈੜੇ ਹੈਗੇ ਜੇ ਉਹਨਾਂ ਨੇ ਆਣ ਕੇ ਮੇਰੇ ਵਾਰੰਟੀ ਜਾਰੀ ਕਰ ਦਿੱਤੀ ਤੈਨੂੰ ਕਿਸੇ ਦਾ ਡਰ ਤੇ ਹੈਗਾ ਨਾ ਉਹਦੇ ਮਾਂ ਪਿਓ ਦਾ ਡਰ ਤੇ ਹੈਗਾ ਨਾ ਚੱਲ ਪੁੱਤ ਬਹਿ ਜਾ ਜੇ ਸਮਝ ਜੂਗੀ ਤਾਂ ਚੰਗੀ ਗੱਲ ਹੈ ਮੰਮੀ ਸਮਝਾਓ ਇਹਨਾਂ ਨੂੰ ਇੱਕ ਮਿੰਟ ਵੇਓ ਮੈਂ ਤੁਹਾਨੂੰ ਦੱਸਦੀ ਆ ਤੂੰ ਵੀ ਸਮਝ ਮੈਂ ਉਹਨੂੰ ਵੀ ਸਮਝਾ ਸਮਝਾ ਲੜਿਆ ਕੁਛ ਨਹੀਂ ਲੱਭਣਾ
ਸਲਾਹ ਨਾ ਤੁਰੋ ਦੋਵੇਂ ਜਾਣੇ ਵੀ ਕੀ ਕਰਨਾ। ਤੂੰ ਉਹਨੂੰ ਵਿਖਾ ਵੀ ਮੈਂ ਆਹ ਖੜਨ ਲੱਗੀ ਹਾਂ, ਕੋਈ ਲੜਾਈ ਨਾ ਪਵੇ। ਜੇ ਤੂੰ ਜ਼ਿਆਦਾ ਵੱਧਾ ਤਾਂ ਫੇਰ ਹੀ ਆ, ਤੂੰ ਲੜਦੀ ਗਾੜੀਓ। ਮੰਮੀ ਜੀ, ਮੈਨੂੰ ਪਤਾ ਮੈਂ ਬਹੁਤ ਵੱਡੀ ਗਲਤੀ ਕੀਤੀ ਆ, ਕਿਉਂਕਿ ਮੈਂ ਵਿਮਲ ਦੀਦੀ ਨੂੰ ਤਾਂ ਠੀਕ ਜਿਹਾ ਹੀ ਸਾਰਾ ਕੁਛ ਦੇ ਕੇ ਆਈ, ਪਰ ਜਦੋਂ ਮੈਂ ਅੱਜ ਆਪਣੀ ਭੈਣ ਵਾਸਤੇ ਸਮਾਨ ਕੱਢਿਆ, ਸਾਰਾ ਵਧੀਆ ਵਧੀਆ ਕੱਢਿਆ, ਕਿਉਂਕਿ ਉਹ ਵੀ ਹਿਮਾਚਲ ਸਾਥੀ ਆ। ਮੈਨੂੰ ਐਂ ਲੱਗਾ ਕਿ ਜੋ ਕੁਝ ਵੀ ਮੇਰੇ ਕੋਲ ਵਧੀਆ ਵਾ ਨਾ, ਮੈਂ ਆਪਣੀ ਭੈਣ ਨੂੰ ਦੇਵਾਂ। ਪਰ ਜਦੋਂ ਮੈਂ ਵਿਮਲ ਦੀਦੀ ਕੋਲ ਗਈ, ਮੈਂ ਇੱਕ ਘਰ ਇਹ ਚੀਜ਼ ਨਹੀਂ ਸੋਚੀ ਕਿ ਉਹ ਵੀ ਹਿਮਾਚਲ ਸਾਥੀ ਆ, ਜੋ ਮੇਰੇ ਕੋਲ ਚੰਗਾ ਵਾ, ਜੋ ਮੈਂ ਬਣਾ ਕੇ ਦੇ ਸਕਦੀ ਹਾਂ, ਸਗੋਂ ਉਹਨੂੰ ਦੇ ਕੇ ਆਵਾਂ। ਮੈਨੂੰ ਟੋਪਸ ਗੁਰਪ੍ਰੀਤ ਨੂੰ ਨਹੀਂ ਦੇਣੇ ਚਾਹੀਦੇ, ਸਗੋਂ ਵਿਮਲ ਦੀਦੀ ਨੂੰ ਦੇ ਕੇ ਆਉਣੇ ਚਾਹੀਦੇ ਸੀ, ਤਾਂ ਕਿ ਉਹ ਵਿਚਾਰੀ ਖੁਸ਼ ਹੁੰਦੀ ਕਿ ਮੇਰੀ ਭਰਜਾਈ ਮੈਨੂੰ ਕੁਝ ਦੇ ਕੇ ਗਈ ਆ, ਉਹਨੂੰ ਅਹਿਸਾਸ ਹੁੰਦਾ ਖੁਸ਼ੀ ਦਾ। ਚੰਗਾ ਪੁੱਤ, ਤੂੰ ਵੇਲੇ ਨਾਲ ਟਾਈਮ ਨਾਲ ਸਮਝ ਗਈ ਆ, ਤੂੰ ਸਿਆਣੀ ਬਣ ਗਈ ਆ। ਇਸ ਤਰ੍ਹਾਂ ਹੀ ਚਾਹੀਦਾ, ਸੋਚਣਾ ਚਾਹੀਦਾ, ਸਾਰੇ ਰਿਸ਼ਤੇ ਬਰਾਬਰ ਆ, ਤੇਰੀ ਭੈਣ ਵੀ, ਵਿਮਲ ਵੀ, ਗੁਰਪ੍ਰੀਤ ਵੀ। ਇਹ ਨਹੀਂ ਵੇਖਣਾ ਕਿ ਕਿਹੜਾ ਤਗੜਾ ਕਿਹੜਾ ਮਾੜਾ, ਕਿਹਦੇ ਵਾਸਤੇ ਥੋੜ੍ਹਾ ਖੜਨਾ, ਕਿਹੜੇ ਵਾਸਤੇ ਬਹੁਤਾ ਖੜਨਾ। ਬੜੀ ਵਧੀਆ ਗੱਲ ਆ, ਟਾਈਮ ਨਾਲ ਤੇਰੇ ਪੱਲੇ ਪੈ ਗਈ ਗੱਲ। ਮੈਨੂੰ ਮਾਫ ਕਰ ਦਿਓ, ਤੁਸੀਂ ਮੇਰੇ ਘਰ ਇੱਕ ਵਾਰੀ ਨਾ ਫੋਨ ਕਰਿਓ, ਮੇਰੇ ਮੰਮੀ ਪਾਪਾ ਦਾ ਸੁਭਾਅ ਤੁਸੀਂ ਜਾਣਦੇ ਹੀ ਹੋ, ਉਹਨਾਂ ਨੇ ਮੈਨੂੰ ਬਖਸ਼ਣਾ ਨਹੀਂ ਹੈ। ਦੂਜੀ ਗੱਲ ਮੰਮੀ, ਮੈਂ ਤੁਹਾਡੀ ਵੀ ਗੁਨਾਹਗਾਰ ਹਾਂ, ਤੁਸੀਂ ਮੇਰੇ 'ਤੇ ਸਾਰਾ ਕੁਝ ਸੁੱਟਤਾ ਕਿ ਲੈ ਤੂੰ ਕੱਪੜਾ ਲੀੜਾ ਬਣਾ, ਗਹਿਣਾ ਬਣਾ, ਅਤੇ ਮੇਰੀਆਂ ਧੀਆਂ ਕੋ ਜਾ। ਤੁਸੀਂ ਇੱਕ ਵਾਰੀ ਨਹੀਂ ਪਿੱਛਾ ਭੌਂਕੇ ਵੇਖਿਆ ਕਿ ਇਹ ਕੀ ਲੈ ਕੇ ਚੱਲੀ ਆ, ਕੀ ਨਹੀਂ ਲੈ ਕੇ ਚੱਲੀ। ਮੈਂ ਇਹੋ ਕਹਿੰਦੀ ਰਹੀ ਕਿ ਮੈਂ ਜ਼ਿੰਮੇਵਾਰੀ ਚੁੱਕ ਲਈ ਆ ਸਾਰੀ, ਪਰ ਮੈਂ ਬਹੁਤ ਗਲਤ ਕੀਤਾ। ਮੈਨੂੰ ਸਭ ਤੋਂ ਵੱਧ ਵਿਮਲ ਦੀਦੀ ਨਾਲ ਕਰਨਾ ਚਾਹੀਦਾ ਸੀ। ਮੰਮੀ ਉਹ ਪਤਾ ਕਿੰਨੇ ਚੰਗੇ, ਉਹਨਾਂ ਨੇ ਘਰ ਕਿੰਨੀਆਂ ਚੀਜ਼ਾਂ ਤਿਆਰ ਕੀਤੀਆਂ। ਅਸੀਂ ਉਹਨਾਂ ਕੋਲ ਗਏ, ਕਿਤੇ ਖੁਸ਼ੀ 'ਚ ਫੁੱਲੇ ਨਹੀਂ ਸਮਾਉਣ ਡੇ, ਸਾਡੇ ਅੱਗੇ ਪਿੱਛੇ ਭੱਜੇ ਫਿਰਨ, ਕਦੀ ਨਿੰਬੂ ਪਾਣੀ, ਕਦੀ ਸ਼ਰਬਤ, ਕਦੀ ਪਕੌੜੇ। ਉਹਨਾਂ ਦੀ ਸੱਸ ਇੰਨੀਆਂ ਸਿਆਣੀਆਂ ਗੱਲਾਂ ਕਰਦੀ ਸੀ ਨਾ ਮੰਮੀ, ਕਿ ਸੁਣ ਕੇ ਮੈਨੂੰ ਉਦੋਂ ਵੀ ਫੀਲ ਹੋਇਆ ਸੀ ਕਿ ਮੈਂ ਗਲਤ ਕਰਨ ਡਈ ਹਾਂ। ਕੋਈ ਨਹੀਂ ਪੁੱਤ, ਤੂੰ ਗਲਤ ਕਰਕੇ ਸਹੀ ਕਰਤਾ, ਤੇਰੀ ਇਹੋ ਸਿਆਣ ਪਿਆ, ਇਹੋ ਚੰਗਾ ਅੱਗੇ ਤੋਂ ਸਮਝਣਾ। ਨਾਲੇ ਮੰਮੀ ਜੀ, ਮੈਂ ਅੱਜ ਚੰਗਾ ਕਰੂੰਗੀ ਨਾ, ਤੁਸੀਂ ਗਾਂਹ ਵੀ ਮੇਰੇ 'ਤੇ ਵਿਸ਼ਵਾਸ ਕਰੋਗੇ। ਜੇ ਮੈਂ ਅੱਜ ਮਾੜਾ ਕਰਤਾ ਨਾ, ਤੁਸੀਂ ਮੈਨੂੰ ਗਾਂਹ ਕਾਹਦੀਆਂ ਕੁੰਜੀਆਂ ਫੜਾਉਣੀਆਂ ਵਾ। ਸਮਝ ਗਈ, ਤਾਂ ਚੰਗੀ ਗੱਲ ਆ, ਇਹਦਾ ਸਮਝਾਉਣਾ ਮੈਨੂੰ ਆਉਂਦਾ ਚੰਗੀ ਤਰ੍ਹਾਂ। ਡਾਂਗ ਦੀਦੀ ਨਾ। ਨਾ ਬਾਬਾ, ਮੈਨੂੰ ਮਾਫ ਕਰ ਦਿਓ, ਅੱਗੇ ਤੋਂ ਮੈਂ ਇੱਦਾਂ ਦੀ ਗਲਤੀ ਨਹੀਂ ਕਰਦੀ। ਸਮਝ ਗਈ, ਬਹੁਤ ਵਧੀਆ ਗੱਲ, ਉਹਨਾਂ ਨੂੰ ਮੈਂ ਆਪਣੀਆਂ ਭੈਣਾਂ ਸਮਝਾਂਗੀ। ਠੀਕ ਹੈ ਪੁੱਤ। ਰਣਜੀਤ, ਮੈਂ ਤੁਹਾਨੂੰ ਕਹਿਣਾ ਸੀ ਕਿ ਜਿਹੜਾ ਸਮਾਨ ਮੈਂ ਪੈਕ ਕੀਤਾ ਹੈ ਨਾ ਮੰਮੀ ਜੀ, ਉਹ ਵਿਮਲ ਦੀਦੀ ਨੂੰ ਦੇ ਗਈ ਸ਼ਾਮੀ, ਅਤੇ ਭੋਲੀ ਦੀਦੀ ਨੂੰ ਫਿਰ ਦੇ ਦਾਂਗੀ, ਕੋਈ ਗੱਲ ਨਹੀਂ। ਨਹੀਂ ਸ਼ੰਮੀ, ਜਿਹੜਾ ਸਮਾਨ ਤੂੰ ਉਹਦੇ ਲਈ ਲੈ ਕੇ ਆਈ ਨਾ ਭੋਲੀ ਦਾ, ਉਹਨੂੰ ਦੇ ਕੇ ਆ, ਵਿਮਲ ਨੂੰ ਕੋਈ ਨਹੀਂ ਦੇ ਆਵਾਂਗੇ ਆਪਾਂ ਫਿਰ ਹੁਣ। ਨਹੀਂ, ਦੀਦੀ ਨੂੰ ਜ਼ਿਆਦਾ ਜ਼ਰੂਰਤ ਆ, ਭੋਲੀ ਦੀਦੀ ਵਾਸਤੇ ਬਾਅਦ 'ਚ ਲੈ ਜਾਣੀ। ਨਹੀਂ ਪੁੱਤ, ਭੋਲੀ ਹੱਥੇ ਖੜੋ, ਜਿਹੜੀ ਚੀਜ਼ ਬਣੀ ਉਹਦੇ। ਹਾਂ, ਤੁਸੀਂ ਇਹ ਨਹੀਂ ਵੀ ਲੀੜਾ ਕੱਪੜਾ ਖੜ ਲਾ, ਜਿਹੜੀ ਚੀਜ਼ ਦੀ ਉਹਨੂੰ ਜ਼ਰੂਰਤ ਉਹਨੂੰ ਪੁੱਛੋ, ਤੈਨੂੰ ਕਿਹੜੀ ਚੀਜ਼ ਦੀ ਜ਼ਰੂਰਤ ਵਾ, ਤੁਸੀਂ ਉਹ ਦੇ ਕੇ ਆਓ, ਜੇ ਨਹੀਂ ਤੁਹਾਡੇ ਕੋਲ ਮੈਂ ਦੇਣੀ ਆ, ਮੇਰੇ ਕੋਲ ਖੜੋ, ਲੈ ਕੇ ਜਾਓ। ਆਪਾਂ ਪਹਿਲਾਂ ਭੋਲੀ ਵੱਲ ਚੱਲਦੇ ਹਾਂ, ਠੀਕ ਆ, ਉਹਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਵੀ ਦੇ ਕੇ ਆਵਾਂਗੇ ਨਾਲ, ਤੂੰ ਦੱਸ ਦਾ ਜੇ ਕੋਈ ਲੋੜ ਹੈ ਤਾਂ ਮੈਨੂੰ। ਕੋਈ ਗੱਲ ਨਹੀਂ ਰਣਜੀਤ, ਤੂੰ ਸਮਝ ਗਈ ਹੈ ਨਾ, ਇੰਨਾ ਬਹੁਤ ਆ, ਮੈਨੂੰ ਪਤਾ ਹੁਣ ਤੂੰ ਵਿਮਲ ਕੋਲ ਚੱਲ ਜਾਣਾ, ਤਾਂ ਦੂਜੇ ਦੋਵਾਂ ਕੋਲ ਇੱਕੋ ਬਰਾਬਰ ਸਮਝਣਾ, ਸਾਰਾ ਸਾਰਾ ਪਤਾ ਲੱਗ ਗਿਆ ਤੇਰਾ। ਸਾਨੂੰ ਇੰਨੀ ਬੜੀ ਖੁਸ਼ੀ ਆ ਕਿ ਤੂੰ ਨਣਾਨਾ ਨਣਾਨਾ ਦੇ ਥਾਂ ਆਪਣੀ ਭੈਣ, ਤਿੰਨੇ ਤੇਰੀਆਂ ਭੈਣਾਂ ਹੀ ਆ, ਵਿਧ ਕਰਾਣੀ ਪੁੱਤ ਕਰ। ਸਹੀ ਗੱਲ ਹੈ ਮੰਮੀ, ਮੈਂ ਗਲਤ ਕੀਤਾ, ਤੁਸੀਂ ਗਲਤ ਨਹੀਂ ਕੀਤਾ, ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਦੋਨੇ ਜਾਣੇ। ਇਹ ਮੈਂ ਗਲਤ ਕੀਤਾ, ਮੈਂ ਵਿਤਕਰਾ ਪਾਇਆ ਦੋਵਾਂ ਭੈਣਾਂ 'ਚ, ਜਦਕਿ ਉਹਨੂੰ ਜ਼ਿਆਦਾ ਜ਼ਰੂਰਤ ਸੀ। ਸਗੋਂ ਜੇ ਅਸੀਂ ਗੁਰਪ੍ਰੀਤ ਦੀਦੀ ਨੂੰ ਨਾ ਵੀ ਟੋਪਸ ਪਾਉਂਦੇ, ਉਹਨਾਂ ਨੂੰ ਤਾਂ ਵੀ ਕੋਈ ਫਰਕ ਨਹੀਂ ਸੀ, ਕਿਉਂਕਿ ਰੱਬ ਦਾ ਦਿੱਤਾ ਪਹਿਲਾਂ ਹੀ ਉਹਨਾਂ ਘਰ ਬਹੁਤ ਕੁਛ ਹੈ, ਅਤੇ ਉਹ ਵਿਚਾਰੀ
ਚੱਲ ਪੁੱਤ ਗੱਲ ਖਤਮ ਹੋਣ, ਉਹ ਵੀ ਸਿਆਣੀ ਬਣ ਗਈ, ਸਮਝ ਗਈ ਆ ਗੱਲ, ਗੱਲ ਨੂੰ ਵਧਾਈ ਦਾ ਨਹੀਂ ਹੁੰਦਾ ਸਿਆਣੇ ਬਣ। ਮੰਮੀ ਬਸ ਇਹਨਾਂ ਨੂੰ ਕਹੋ ਮੇਰੇ ਘਰ ਫੋਨ ਨਾ ਕਰਨਾ। ਜਿਹੜਾ ਮੇਰਾ ਤਰੀਕਾ ਤੂੰ ਸਮਝਦੇ ਗਈ ਹੈ ਨਾਲ, ਚਲੋ ਵਧੀਆ ਹੋ ਗਿਆ, ਸਮਝ ਗਈ ਹੈ।